ਸਾਡੇ ਇੱਥੇ ਆਮ ਤੌਰ ਤੇ ਸਮਝਿਆ ਜਾਂਦਾ ਕਿ ਮਸੀਹੀ ਮਿਸ਼ਨਰੀ ਮੁਸਲਮਾਨਾਂ ਤੋਂ ਬਹੁਤ ਦੇਰ ਬਾਅਦ ਇੰਡੀਆ ਵਿੱਚ ਆਏ ਸਨ ਪਰ ਇਹ ਗੱਲ ਠੀਕ ਨਹੀਂ ਇਸ ਖਿੱਤੇ ਵਿੱਚ ਸਭ ਤੋਂ ਪਹਿਲੇ ਆਉਣ ਵਾਲੇ ਬਕਾਇਦਾ ਮਸੀਹੀ ਮਿਸ਼ਨਰੀ ਹਜ਼ਰਤ ਈਸਾ ਦੇ 12ਵੇਂ ਸ਼ਗਿਰਦ ਥਾਮਸ ਦੀ ਅਪੋਸਲ ਸਨ ਬਰੇ ਸਗੀਰ ਦੇ ਵਿੱਚ ਪਹਿਲਾ ਚਰਚ ਸੈਂਟ ਥਾਮਸ ਨੇ ਇੰਡੀਆ ਕੇਰਲਾ ਦੇ ਵਿੱਚ 52 AD ਦੇ ਵਿੱਚ ਬਣਾਇਆ ਸੀ ਪਰ ਲਾਹੌਰ ਦਾ ਪਹਿਲਾ ਚਰਚ ਕਦੋਂ ਬਣਿਆ ਸੀ ਲਾਹੌਰ ਦਾ ਪਹਿਲਾ ਚਰਚ ਅਕਬਰ ਦੇ ਵੇਲੇ ਬਣਿਆ ਸੀ ਅਕਬਰ ਦੇ ਵੇਲੇ ਫਤਿਹਪੁਰ ਸੀਕਰੀ ਉਹਦੇ ਆਖਣ ਤੇ 1580 ਵਿੱਚ ਪਹਿਲਾ ਬਕਾਇਦਾ ਮਸੀਹੀ ਮਿਸ਼ਨਰੀਜ਼ ਦਾ ਮਿਸ਼ਨ ਗਵਾ ਤੋਂ ਮਿਲਣ ਆਇਆ ਇਹ ਮਿਸ਼ਨਰੀ ਜੈਜ਼ੂਇਟਸ ਅਖਵਾਉਂਦੇ ਸਨ ਫਿਰ ਇਹਨਾਂ ਦਾ ਦੂਸਰਾ ਮਿਸ਼ਨ 1590 ਵਿੱਚ ਅਕਬਰ ਨੂੰ ਮਿਲਣ ਲਾਹੌਰ ਆਇਆ ਇਸ ਮਿਸ਼ਨ ਨੇ ਇੱਥੇ ਇੱਕ ਸਕੂਲ ਵੀ ਸ਼ੁਰੂ ਕੀਤਾ ਜਿਹਦੇ ਵਿੱਚ ਬਾਦਸ਼ਾਹ ਦੇ ਪੁੱਤਰ ਪੋਤਰੇ ਤੇ ਅਮੀਰਾਂ ਦੇ ਬਾਲਾਂ ਨੂੰ ਪੁਰਤਗੇਜ਼ੀ ਵਿੱਚ ਲਿਖਣਾ ਪੜ੍ਹਨਾ ਸਿਖਾਇਆ ਜਾਂਦਾ ਸੀ 5 ਮਈ 1595 ਨੂੰ ਇਹਨਾਂ ਦਾ ਤੀਸਰਾ ਤੇ ਆਖਰੀ ਮਿਸ਼ਨ ਅਕਬਰ ਦੇ ਕਹਿਣ ਤੇ ਮੁੜ ਲਾਹੌਰ ਆਇਆ ਤੇ ਆਪਣੇ ਆਖਰੀ ਬੰਦੇ ਦੇ ਮਰਨ ਤੱਕ ਇੱਥੇ ਹੀ ਰਿਹਾ ਵਿੱਚ ਅਕਬਰ ਨੇ ਇਹਨਾਂ ਨੂੰ ਲਾਹੌਰ ਵਿੱਚ ਚੈਪਲ ਬਣਾਉਣ ਦੀ ਇਜਾਜ਼ਤ ਦਿੱਤੀ ਇਹ ਆਗਰਾ ਵਿੱਚ ਬਣਨ ਵਾਲੇ ਚੈਪਲ ਦੇ ਨਮੂਨੇ ਤੇ ਬਣਾਇਆ ਗਿਆ ਅਕਬਰ ਨੇ ਇਸ ਚੈਪਲ ਦੀ ਸਜਾਵਟ ਲਈ ਕਈ ਕੀਮਤੀ ਸ਼ੈਵਾਂ ਤੇ ਮੁਗਲ ਚਿੱਤਰਕਾਰਾਂ ਵੱਲੋਂ ਬਣਾਈਆਂ ਗਈਆਂ ਕ੍ਰਿਸਚਨ ਪੇਂਟਿੰਗਸ ਵੀ ਦਿੱਤੀਆਂ ਕ੍ਰਿਸਚਨ ਮਿਸ਼ਨਰੀਜ਼ ਚਰਚ ਬਣਾਉਣ ਦੀ ਮੰਗ ਕਰਦੇ ਰਹੇ ਜਿਹਦੇ ਵਿੱਚ ਸ਼ਹਿਜ਼ਾਦਾ ਸਲੀਮ ਨੇ ਉਹਨਾਂ ਦੀ ਮਦਦ ਕੀਤੀ 7 ਸਤੰਬਰ 1597 ਨੂੰ ਸ਼ਾਹੀ ਕਿਲੇ ਦੇ ਨੇੜੇ ਲਾਹੌਰ ਦੇ ਪਹਿਲੇ ਕੈਥੋਲਿਕ ਚਰਚ ਦਾ ਬਕਾਇਦਾ ਅਫਤਤਾ ਹੋਇਆ ਲਾਹੌਰ ਦਾ ਗਵਰਨਰ ਐਰੇ ਵਿੱਚ ਚੀਫ ਗੈਸਟ ਦੇ ਤੌਰ ਤੇ ਆਇਆ ਲਾਹੌਰ ਦੇ ਇਸ ਪਹਿਲੇ ਚਰਚ ਦੇ ਸੁਪਰਡੈਂਟ ਫਾਦਰ ਪਿਨ ਨੈਰੀਓ ਸਨ ਇਹ ਇੱਕ ਬਹੁਤ ਸੋਹਣਾ ਹਵਾਦਾਰ ਤੇ ਵੱਡਾ ਚਰਚ ਸੀ ਇਹਦੀ ਇੱਕ ਵੱਡੀ ਸਾਰੀ ਛੱਤ ਸੀ ਜਿਹੜੀ ਈਸਟਰ ਦੇ ਤਿਉਹਾਰ ਲਈ ਵਰਤੀ ਜਾਂਦੀ ਸੀ ਇਹ ਚਰਚ ਐਡਾ ਸੋਹਣਾ ਸੀ ਕਿ ਵੱਖੋ ਵੱਖ ਧਰਮਾਂ ਤੇ ਇਲਾਕਿਆਂ ਦੇ ਲੋਕ ਇਹਨੂੰ ਵੇਖਣ ਆਉਂਦੇ ਸਨ ਜਹਾਂਗੀਰ ਦੇ ਵੇਲੇ 1606 ਵਿੱਚ ਲਾਹੌਰ ਵਿੱਚ ਇੱਕ ਕ੍ਰਿਸਚਨ ਮਦਰਸੇ ਦਾ ਜ਼ਿਕਰ ਮਿਲਦਾ 1614 ਵਿੱਚ ਜਹਾਂਗੀਰ ਬੰਬਈ ਵਿੱਚ ਪੁਰਤਗੇਜ਼ੀਆਂ ਦੀ ਹਕੂਮਤ ਮੁਖਾਲਫ ਹਰਕਤਾਂ ਤੋਂ ਤੰਗ ਹੋਇਆ ਤਾਂ ਇਹ ਚਰਚ 10 ਸਾਲ ਲਈ ਬੰਦ ਕਰ ਦਿੱਤਾ ਗਿਆ ਸ਼ਾਹਜਹਾਂ ਦੇ ਵੇਲੇ 1632 ਵਿੱਚ ਹੁਗਲੀ ਬੰਗਾਲ ਵਿੱਚ ਪੁਰਤਗੇਜ਼ੀਆਂ ਤੇ ਮੁਗਲਾਂ ਦੇ ਵਿਚਕਾਰ ਹੋਣ ਵਾਲੀ ਲੜਾਈ ਤੋਂ ਬਾਅਦ ਇਸ ਚਰਚ ਨੂੰ ਢਾ ਦਿੱਤਾ ਗਿਆ ਫੇਰ ਵੀ ਮਸੀਹੀ ਲੋਕੀ ਚਰਚ ਦੇ ਨੇੜੇ ਫਾਦਰ ਦੇ ਘਰ ਇਕੱਠੇ ਹੋ ਕੇ ਆਪਣੀ ਇਬਾਦਤ ਕਰਦੇ ਰਹਿੰਦੇ ਸੀ 1671 ਵਿੱਚ ਔਰੰਗਜ਼ੇਬ ਦੇ ਇੱਕ ਲਿਖੇ ਖੱਤ ਤੋਂ ਲਾਹੌਰ ਦੇ ਇਲਾਕੇ ਮਜ਼ੰਗ ਵਿੱਚ ਇੱਕ ਕ੍ਰਿਸਚਨ ਮਦਰਸੇ ਦਾ ਵੀ ਜ਼ਿਕਰ ਮਿਲਦਾ ਹੈ 1832 ਤੱਕ ਲਾਹੌਰ ਵਿੱਚ ਕੋਈ ਚਰਚ ਨਹੀਂ ਸੀ ਜਦੋਂ ਅੰਗਰੇਜ਼ ਇੱਥੇ ਆਏ ਤੇ ਸਭ ਤੋਂ ਪਹਿਲਾ ਚਰਚ ਕਸ਼ਮੀਰੀ ਦਰਵਾਜ਼ੇ ਦੇ ਅੰਦਰ ਹਵੇਲੀ ਧਿਆਨ ਸਿੰਘ ਵਿੱਚ ਬਣਾਇਆ ਗਿਆ ਈਸਟ ਇੰਡੀਆ ਕੰਪਨੀ ਦੇ ਕੋਰਟ ਆਫ ਡਾਇਰੈਕਟਰਸ ਨੂੰ ਦਿੱਤੇ ਇੱਕ ਜਵਾਬ ਵਿੱਚ ਆਖਿਆ ਗਿਆ ਹੈ ਧਿਆਨ ਸਿੰਘ ਦੀ ਹਵੇਲੀ ਨੂੰ ਆਰਜ਼ੀ ਇਬਾਦਤਗਾਹ ਬਣਾਉਣ ਦੀ ਖਾਤਰ ਗੈਰੀਜ਼ਨ ਇੰਜੀਨੀਅਰ ਨੇ 341 ਰੁਪਏ ਖਰਚ ਕੀਤੇ ਨੇ ਹਕੂਮਤ ਦੇ ਕਾਗਜ਼ਾਂ ਵਿੱਚ ਇਸ ਦਾ ਜ਼ਿਕਰ ਗਿਰਜਾ ਧਿਆਨ ਸਿੰਘ ਹਵੇਲੀ ਦੇ ਤੌਰ ਤੇ ਕੀਤਾ ਗਿਆ ਹੈ ਇਸ ਗਿਰਜੇ ਦੇ ਸਮਾਨ ਵਿੱਚ 40 ਬੈਂਚ 3 ਪੱਖੇ 1 ਚੌਕੀ ਤੇ ਵਾਸਾਂ ਦੀਆਂ ਚਿੱਕਾਂ ਸ਼ਾਮਲ ਸਨ 1851 ਵਿੱਚ ਪੰਜਾਬ ਦੇ ਇੰਤਜ਼ਾਮੀ ਬੋਰਡ ਨੇ ਹਕੂਮਤ ਨੂੰ ਦੱਸਿਆ ਵੀ ਬੋਰਡ ਦੀ ਇਜਾਜ਼ਤ ਨਾਲ ਅਨਾਰਕਲੀ ਦੇ ਮਕਬਰੇ ਦੀ ਥਾਂ ਨੂੰ ਹਰ ਇਤਵਾਰ ਇਬਾਦਤਗਾਹ ਲਈ ਵਰਤਿਆ ਜਾ ਰਿਹਾ ਪੰਜਾਬ ਦੇ ਚੀਫ ਕਮਿਸ਼ਨਰ ਦੀ ਮਨਜ਼ੂਰੀ ਨਾਲ 26 ਜਨਵਰੀ 1857 ਨੂੰ ਅਨਾਰਕਲੀ ਦੇ ਮਕਬਰੇ ਵਿੱਚ ਮਦਰਾਸ ਤੋਂ ਆਏ ਬਿਸ਼ਪ ਜੋਸਫ ਜੇਮਸ ਨੇ ਇਸ ਇਬਾਦਤਗਾਹ ਦੀ ਤਕਦੀਸ ਦੀ ਰਸਮ ਅਦਾ ਕੀਤੀ ਤੇ ਇਸ ਦਾ ਨਾਂ ਸੈਂਟ ਜੇਮਸ ਚਰਚ ਰੱਖਿਆ ਗਿਆ ਸਦੀਆਂ ਤੋਂ ਵੱਖੋ ਵੱਖ ਧਰਮਾਂ ਨਸਲਾਂ ਤੇ ਜ਼ਬਾਨਾਂ ਦੇ ਲੋਕ ਪੰਜਾਬ ਵਿੱਚ ਇਕੱਠੇ ਰਹਿੰਦੇ ਰਹੇ ਨੇ ਇਹੋ ਰੰਗਾਰੰਗੀ ਪੰਜਾਬ ਦੀ ਪਛਾਣ ਤੇ ਸ਼ਾਨ ਸੀ ਜਿਹਨੂੰ ਅੱਜ ਜਾਣਨ ਦੀ ਲੋੜ ਹੈ